ਸੋ ਅੱਜ ਗੱਲ ਕਰਾਂਗੇ ਕੁਝ ਅਜਿਹੇ ਪ੍ਰੋਗਰਾਮਸ ਦੀ। ਬਹੁਤ ਸਾਰੇ ਸਵਾਲ ਸਾਡੇ ਕੋਲ ਸਟੂਡੈਂਟਸ ਦੇ ਸੀਗੇ ਕਿ ਅਸੀਂ ਮਾਸਟਰਸ ਲਈ ਅੱਗੇ ਜਾਣਾ ਚਾਹੁੰਦੇ ਹਾਂ ਲੇਕਿਨ ਐਡਵਾਂਸ ਕੋਰਸਿਸ ਕਰਨਾ ਚਾਹੁੰਦੇ ਹਾਂ, ਜਿਵੇਂ ਕਿ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ AI ਦਾ ਜ਼ਮਾਨਾ ਹੈ। ਅੱਗੋਂ ਅੱਗੋਂ ਸਟੂਡੈਂਟ ਚਾਹੁੰਦੇ ਨੇ ਕਿ ਅਸੀਂ ਇਸੇ ਫੀਲਡ ਵਿੱਚ ਅੱਗੇ ਵਧੀਏ, ਪਰ ਕੋਰਸਿਸ ਬਹੁਤ ਜ਼ਿਆਦਾ ਮਹਿੰਗੇ ਨੇ। ਅੱਜ ਇਹ ਸਪੈਸ਼ਲੀ ਵੀਡੀਓ ਬਣਾਈ ਗਈ ਹੈ ਜੀ ਉਹਨਾਂ ਸਟੂਡੈਂਟਸ ਦੇ ਲਈ ਹੀ ਜਿਹੜੇ ਸਟੂਡੈਂਟਸ ਮਾਸਟਰਸ ਲਈ ਅੱਗੇ ਐਡਵਾਂਸ ਕੋਰਸਿਸ ਵਿੱਚ ਜਾਣਾ ਚਾਹੁੰਦੇ ਨੇ ਪਰ ਖਰਚਾ ਵੀ ਘੱਟ ਕਰਨਾ ਚਾਹੁੰਦੇ ਨੇ। ਸੋ ਬਹੁਤ ਹੀ ਖਾਸ ਪ੍ਰੋਗਰਾਮਸ ਬਾਰੇ ਅੱਜ ਡਿਸਕਸ਼ਨ ਕਰਾਂਗੇ। ਸੋ ਬਹੁਤ ਧਿਆਨ ਦੇ ਨਾਲ ਤੁਸੀਂ ਇਹ ਵੀਡੀਓ ਦੇਖਣੀ, ਆਪਣੇ ਸਾਥੀਆਂ ਨੂੰ ਵੀ ਤੁਸੀਂ ਅੱਜ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੋ ਆਪਣਾ ਫਿਊਚਰ ਐਡਵਾਂਸ ਕੋਰਸਿਸ ਵਿੱਚ ਬਣਾਉਣਾ ਚਾਹੁੰਦੇ ਨੇ, ਵਿਦੇਸ਼ ਜਾਣਾ ਚਾਹੁੰਦੇ ਨੇ। ਸੋ ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਇਹ ਖਾਸ ਕੋਰਸਿਸ ਬਾਰੇ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ। ਮੈਮ ਬਹੁਤ ਬਹੁਤ ਸਵਾਗਤ ਹੈ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਮ ਦਾ ਐਕਸਪੀਰੀਅੰਸ 26-27 ਸਾਲਾਂ ਦਾ, ਔਰ ਇਸ ਐਕਸਪੀਰੀਅੰਸ ਦੇ ਵਿੱਚ ਇੰਨਾ ਰਿਸਰਚ ਵਰਕ ਔਰ ਇੰਨੇ ਜ਼ਿਆਦਾ ਵਧੀਆ ਵਧੀਆ ਪ੍ਰੋਗਰਾਮਸ ਮੈਮ ਲੱਭਦੇ ਰਹੇ ਨੇ ਹਮੇਸ਼ਾ, ਹੁਣ ਤੱਕ ਵੀ ਮੈਮ ਹਮੇਸ਼ਾ ਕੁਛ ਨਾ ਕੁਛ ਨਵਾਂ ਲੱਭਦੇ ਨੇ ਕਿ ਸਟੂਡੈਂਟ ਨੂੰ ਕਿਵੇਂ ਬੈਸਟ ਚੀਜ਼ ਦਿੱਤੀ ਜਾ ਸਕੇ, ਬੈਸਟ ਕੋਰਸ ਦਿੱਤਾ ਜਾ ਸਕੇ, ਬੈਸਟ ਆਪਸ਼ਨ ਦਿੱਤੀ ਜਾ ਸਕੇ। ਸੋ ਉਸੇ ਦੇ ਤਹਿਤ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿਹਦੇ ਬਾਰੇ ਗੱਲ ਕਰ ਰਹੇ ਹਾਂ, ਸੋ ਮੈਮ ਆਪਾਂ ਗੱਲ ਕਰ ਰਹੇ ਹਾਂ ਐਡਵਾਂਸ ਕੋਰਸਿਸ ਮਾਸਟਰਸ ਦੇ ਪ੍ਰੋਗਰਾਮ ਔਰ 4.5-5 ਲੱਖ ਦਾ ਖਰਚਾ। ਇਹ ਸੁਣਨ ਵਿੱਚ ਸਟੂਡੈਂਟਸ ਨੂੰ ਵੀ ਪਹਿਲਾਂ ਵਿਸ਼ਵਾਸ ਨਹੀਂ ਹੋਊਗਾ ਕਿ ਇੰਨੇ ਘੱਟ ਖਰਚੇ ਵਿੱਚ ਇੰਨੇ ਵਧੀਆ ਕੋਰਸਿਸ। ਤੁਸੀਂ ਪਹਿਲਾਂ ਇਹ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਸਾਡੇ ਸਟੂਡੈਂਟਸ ਨੂੰ ਜ਼ਰੂਰ ਦਿਓ। ਦੇਖੋ ਹਰਜੋਤ, ਕੋਰਸਿਸ ਜਿਹੜੇ ਆ ਨਾ ਉਹ ਅੱਜ ਦੀ ਡਿਮਾਂਡ ਹੈ, ਟੈਕਨੀਕਲ ਕੋਰਸਿਸ, ਅੱਛੇ ਕੋਰਸਿਸ ਜੀ, ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ, ਏਵੀਏਸ਼ਨ, ਏਅਰਲਾਈਨ ਮੈਨੇਜਮੈਂਟ। ਅੱਛਾ, ਇਹ ਸਾਰੇ ਜਿਹੜੇ ਹੈ ਆਲਮੋਸਟ ਟੈਕਨੀਕਲ ਪ੍ਰੋਗਰਾਮਸ, ਐਮਬੈਡਿਡ ਮੈਨੇਜਮੈਂਟ, ਕਲਾਊਡ ਕੰਪਿਊਟਿੰਗ। ਬਹੁਤ ਸਾਰੇ ਸਟੂਡੈਂਟਸ ਜਿਹੜੇ ਆਉਂਦੇ ਆ ਆਪਣੇ ਕੋਲ, ਉਹਨਾਂ ਦਾ ਦੇ ਡੋਂਟ ਹੈਵ ਦੈਟ ਮੱਚ ਬਿਗ ਬਜਟ, ਕਿਉਂਕਿ ਪੜ੍ਹਨਾ ਹਰ ਕਿਸੇ ਦਾ ਰਾਈਟ ਹੈ। ਔਰ ਮੈਕਸੀਮਮ ਬੱਚਾ ਜਿਹੜਾ ਚਾਹੁੰਦਾ ਹੈ ਕਿ ਮੈਂ ਟੈਕਨੀਕਲ ਅੱਛੀ ਕੁਆਲੀਫਿਕੇਸ਼ਨ ਲਵਾਂ, ਅੱਛੀ ਕੁਆਲੀਫਿਕੇਸ਼ਨ ਉਹ ਜੇ ਇੰਡੀਆ ਦੀ ਕੋਸਟ, ਇੰਡੀਆ 'ਚ ਵੀ ਉਸ ਤੋਂ ਮਹਿੰਗੀ ਮਿਲਦੀ ਹੈ, ਜੋ ਫੋਰਨ ਕੰਟਰੀ 'ਚ ਮਿਲ ਜਾਏ ਤਾਂ ਉਹ ਨੈਚੁਰਲ ਹੈ ਕਿ ਉਹਨਾਂ ਦੀ ਥੋੜ੍ਹੀ ਜਿਹੀ ਆਪਣੇ ਕੋਲ ਟੈਕਨੀਕਲ ਐਡਵਾਂਸ ਵੀ ਹੈ, ਕਿਉਂਕਿ AI ਦਾ ਜ਼ਮਾਨਾ ਇਸ ਟਾਈਮ, ਔਰ ਉਹਨਾਂ ਨੇ ਇੰਨੀ ਕੁ ਜ਼ਿਆਦਾ ਤਰੱਕੀ ਕੀਤੀ ਹੈ ਕਿ ਐਜੂਕੇਸ਼ਨ ਸਿਸਟਮ, ਵੀ ਕੈਨ ਸੇ ਦੇ ਡੂ ਹੈਵ ਰੀਅਲੀ ਗੁੱਡ ਐਜੂਕੇਸ਼ਨ ਸਿਸਟਮ। ਹੁਣ ਮੇਨ ਮੁੱਦਾ ਆ ਜਾਂਦਾ ਕਿ ਪੇਰੈਂਟਸ ਐਵਰੇਜ ਫੈਮਿਲੀ ਹੈ ਬੱਚੇ ਦੀ, ਐਂਡ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਨਹੀਂ ਆ, ਅੱਛੇ ਕੋਰਸ ਲੈਣਾ ਚਾਹ ਰਹੇ ਆ। ਅਤੇ ਹੁਣ ਜੇ ਅੱਛੇ ਕੋਰਸ ਉਹ ਲੈਣਾ ਚਾਹ ਰਹੇ ਆ ਤਾਂ ਨੈਚੁਰਲ ਹੈ ਕਿ ਫੀਸ ਜ਼ਿਆਦਾ ਹੁੰਦੀ ਹੈ। ਜਾਂ ਆਸਟ੍ਰੇਲੀਆ ਵਿੱਚ ਬੱਚਾ ਜਾਏ, ਕੋਈ ਵੀ ਫੀਸ ਉਹਨਾਂ ਨੂੰ 35,000-40,000 ਡਾਲਰ ਤੋਂ ਘੱਟ ਨਹੀਂ ਮਿਲਦੀ। ਐਟਲੀਸਟ ਜਿਹੜੀ ਇੱਕ ਐਵਰੇਜ ਯੂਨੀਵਰਸਿਟੀ ਹੈ ਉਹ ਵੀ 35,000 ਡਾਲਰ ਨੂੰ ਦਿੰਦੀ ਹੈ। ਕੈਨੇਡਾ ਵਿੱਚ ਜਾਣਗੇ ਤਾਂ ਡਿਪਲੋਮਾ ਵਿੱਚ ਜਾਣਗੇ ਉਹ ਵੀ ਜਿਹੜਾ ਟੈਕਨੀਕਲ ਕੋਰਸ ਹੈ 23-24-25 ਹਜ਼ਾਰ ਡਾਲਰ ਨੂੰ ਮਿਲਦਾ। ਉਹੀ ਕੋਰਸਿਸ ਅਸੀਂ 3.5-4.5 ਲੱਖ 'ਚ ਦੇ ਸਕਦੇ ਹਾਂ, ਉਹ ਵੀ ਅੱਛੀ ਕੰਟਰੀਜ਼ ਦੇ ਵਿੱਚ। ਬੱਚਾ ਥੋੜ੍ਹਾ ਠੀਕ ਹੋਣਾ ਚਾਹੀਦਾ, ਪਲੱਸ ਪੁਆਇੰਟ ਇਹ ਹੈ ਕਿ ਆਇਲਸ ਵੀ ਨਹੀਂ ਚਾਹੀਦਾ, ਜਦਕਿ ਅੱਛਾ ਬੱਚਾ ਆਇਲਸ ਕਰ ਸਕਦਾ ਕਿਉਂਕਿ ਆਇਲਸ ਰਿਕੁਆਇਰਮੈਂਟ ਜਸਟ 5.5। ਅਤੇ ਹੁਣ 5.5 ਕੋਈ ਇੰਨੀ ਵੱਡੀ ਨਹੀਂ ਹੈ, ਲੇਕਿਨ ਜੇ ਬੱਚੇ ਨੇ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਹੈ ਅਤੇ ਉਹ MOI ਦੇ ਬੇਸ 'ਤੇ ਐਡਮਿਸ਼ਨ ਲੈ ਸਕਦੇ ਆ। ਠੀਕ ਹੈ, ਐਡਮਿਸ਼ਨ ਪ੍ਰੋਸੈਸ ਹੈ ਕਿਉਂਕਿ ਹੁਣ ਫੈਬ ਇਨਟੇਕ ਹੈ, ਉਹਦੇ ਬਾਅਦ ਫਿਰ ਸੈਪਟੈਂਬਰ ਇਨਟੇਕ ਹੈ। ਅਤੇ ਫੰਡਸ ਵੀ ਘੱਟ ਹੀ ਦਿਖਾਉਣੇ ਹੁੰਦੇ ਆ, 7-8 ਲੱਖ ਰੁਪਇਆ ਜਿਹੜੇ ਪੇਰੈਂਟਸ ਸਪੋਂਸਰ ਕਰ ਸਕਦੇ ਆ, ਬੱਚਾ ਆਪਦੇ ਅਕਾਊਂਟ 'ਚ ਦਿਖਾ ਸਕਦਾ। ਔਰ ਮਤਲਬ ਇਹੀ ਟੋਟਲ ਪ੍ਰੋਸੈਸ ਹੈ। ਇੰਟਰਵਿਊ ਯੂਨੀਵਰਸਿਟੀ ਦਾ ਜ਼ਰੂਰ ਹੁੰਦਾ ਕਿਉਂਕਿ ਨੈਚੁਰਲ ਆ, ਬੱਚਾ ਅੱਛਾ ਤਾਂ ਇੰਟਰਵਿਊ ਦੇਣ 'ਚ ਵੀ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ। ਜੀ ਬਿਲਕੁਲ। ਸੋ ਮੈਮ ਜਿਹੜੇ ਆਪਾਂ ਇਹਨਾਂ ਐਡਵਾਂਸ ਕੋਰਸਿਸ ਦੀ ਗੱਲ ਕਰ ਰਹੇ ਹਾਂ, ਮਾਸਟਰਸ ਵਾਲਿਆਂ ਲਈ ਨੇ, ਬੈਚੁਲਰਸ ਵਾਲਿਆਂ ਲਈ ਕਿੰਨੀਆਂ ਕੁ ਚੰਗੀਆਂ ਆਪਸ਼ਨਸ ਨੇ ਇਹ ਪ੍ਰੋਗਰਾਮ? ਬੈਚੁਲਰ ਤੁਸੀਂ ਦੇਖੋ ਉਹ 3,500 ਯੂਰੋ 'ਚ ਮਿਲ ਰਿਹਾ, ਜਾਂ ਮਾਸਟਰ 4,500 ਯੂਰੋ 'ਚ ਹੈ। ਤੁਸੀਂ ਦੇਖ ਲਓ ਕਿ ਉਹ ਮੈਨੂੰ ਲੱਗਦਾ 3.5 ਲੱਖ ਵੀ ਨਹੀਂ, 3.25 ਲੱਖ ਹੀ ਬਣਦਾ ਬੈਚੁਲਰ ਦਾ ਪਰ ਈਅਰ। ਜੇ 4 ਸਾਲ ਦਾ ਕੋਰਸ ਹੈ ਅਤੇ ਤੁਸੀਂ ਦੇਖ ਲਓ 13-14 ਲੱਖ, ਜਿਹੜਾ ਕਿ ਕਿਸੇ ਵੀ ਕੰਟਰੀ ਦੇ ਵਿੱਚ ਮਿਨੀਮਮ 14 ਲੱਖ 'ਚ ਤਾਂ ਕੁਛ ਬਣਦਾ ਨਹੀਂ ਸਾਲ ਦੀ ਫੀਸ ਦਾ, 14 ਲੱਖ 'ਚ ਤੁਸੀਂ ਪੂਰੀ ਪੜ੍ਹਾਈ ਕਰ ਸਕਦੇ ਹੋ, ਉਹ ਵੀ ਅੱਛੇ ਕੋਰਸਿਸ ਦੀ, ਟੈਕਨੀਕਲ ਕੋਰਸਿਸ ਦੇ ਨਾਲ। ਠੀਕ ਹੈ, ਬਿਲਕੁਲ। ਸੋ ਮੈਂ ਇੱਥੇ ਰਿਕੁਆਇਰਮੈਂਟ ਦੀ ਗੱਲ, ਆਪਾਂ ਐਡਮਿਸ਼ਨ ਦੇ ਲਈ ਰਿਕੁਆਇਰਮੈਂਟਸ ਦੀ ਕੀ ਗੱਲ ਹੈ, ਕਿਉਂਕਿ ਬਹੁਤ ਸਾਰੀ ਪ੍ਰੋਫਾਈਲ ਸਟੂਡੈਂਟਸ ਦੀਆਂ ਹੁੰਦੀਆਂ ਜਿਨ੍ਹਾਂ 'ਤੇ ਥੋੜ੍ਹਾ ਗੈਪ ਹੁੰਦਾ, ਸੋ ਗੈਪ ਨੂੰ ਲੈ ਕੇ ਕੀ ਕੁਛ ਖਾਸ ਰਿਕੁਆਇਰਮੈਂਟ ਹੈ?
जो अपन गल करिए तो गैप दी कोई इन्नी मुश्किल गल नहीं होंदी है, बच्चे ने आप जस्टिफाई करना है गैप क्यों है। जिहड़ा एक अच्छा इंटेलीजेंट बच्चा है वह जिहड़ा ज़्यादा गैप नहीं पाता प्लस टू के बाद, क्योंकि जब अंबैसी विच जाना तो नैचुरल है जस्टिफाई तो करना पैंदा। जब प्लस टू के बाद बड़ा गैप है तो वह किसी भी कंट्री वास्ते पॉजिटिव नहीं होंदा, साल दो साल तीन चार साल तक का एक्सेप्टेड है। बट ग्रेजुएशन के बाद तो गैप की कोई प्रॉब्लम नहीं है। ग्रेजुएशन वाला बच्चा जिन्हें बी टेक की हुई है, बी एस सी की हुई है, बी सी ए वट एवर कुछ भी इदा का कोर्स किए हुए है तो अच्छा, क्योंकि ये जो कोर्स है मैनेजमेंट इनफॉर्मेशन सिस्टम जो कोई बी एस सी बी सी ए या ऑनरी ग्रेजुएशन वाला बच्चा भी इस प्रोग्राम नू कर सकता, बी टेक वाला भी कर सकता, इनफॉर्मेशन मैनेजमेंट इनफॉर्मेशन सिस्टम है तो वह कोई भी कर सकता है। तो उदे विच जेड़ा है तुसी ये समझो कि कोई गैप दी कोई प्रॉब्लम नहीं होंदी, क्योंकि जेड़े ये बच्चे वर्किंग वाले बच्चे होंदे है ते अपना गैप जस्टिफिकेशन वर्क दे नाल दे सकदे। चलो ठीक है मैम, सो आप इन्नी अच्छी अच्छी ऑप्शन स्टूडेंट्स नूं दस रहे हैं, स्टूडेंट के मन में यह सवाल हुण जरूर होएगा आखिर ये प्रोग्राम्स केड़ी कंट्री दे असीं दस रहे हैं। सो इस चीज़ तो भी आप पढ़ा जरूर चकीए और जरूर दसो मैम कि यह चंगे प्रोग्राम्स हो रहे हैं घट खर्चे दे विच एडवांस कोर्सेज केड़ी कंट्री विच स्टूडेंट अप्लाई कर सकते हैं। देखो यूरोप दे विच शैनेगन दे विच जो स्टूडेंट ज़्यादा घट फीस वाले देखता है प्रोग्राम, मतलब ये कंट्री योजी कंट्री है जिथे कभी सिंगल कंप्लेंट नहीं आई, काफ़ी सालों तो मैं बच्चे भेज रही हाँ। शैनेगन कंट्री है, शैनेगन कंट्री जो 27 कंट्रीज़ का एक ग्रुप है, ठीक है, वो कंट्री है। शैनेगन वीज़ा होएगा, कंट्री का नाम है लातविया। कोर्सेज बहुत अच्छे टेक्निकल कोर्सेज है एंड दैट्स इज शैनेगन कंट्री। वीज़ा प्रोसैस जड़ा 1.5 to 2 months का टोटल टाइम होंगे है ना। जी 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 बिल्कुल, सो स्टूडेंट्स समझ चुके हैं लातविया दे विच तुसी जो है इन एडवांस कोर्सेज बहुत ही घट फीस दे विच जो है कर सकते हो। सो यह एडवांस कोर्सेज जो कि अज के टाइम विच असी सारे जानते हैं, सारे स्टूडेंट जानते हैं रिसर्च वर्क करते हैं कि किन्ने महंगे कोर्सेज ने और इत्थे तुसी जिहड़े स्टूडेंट तुसी ये देखो कि 3,500 to 4,500 euro जिहड़ा कि तुहाडा 3.5 to 4 lakh rupees नहीं बनता है, उहदे विच तुसी की पढ़ाई करोगे। एक बच्चा मास्टर्स वास्ते जो जाता है और जो 4.25 to 4 lakh rupees की मतलब 8-9 lakh rupees खर्च करके 2 साल का कोर्स करता है और वर्किंग राइट्स मास्टर्स वास्ते 40 hours पर वीक और बैचुलर वास्ते 20 hours पर वीक, तुसी ये देखो कि काम भी कर सकते हैं पढ़ भी सकते हैं, पर टेक्निकल कोर्सेज है फीस बहुत घट है तो असं उन्होंने एनकरेज काम वास्ते नहीं करते। वो खाली बाई चांस उन्होंने दा कोई शौक होए कोई इदा दा काम मिल जाए, क्योंकि रहन सहन का भी कोई बड़ा लंबा चौड़ा खर्चा नहीं है, 300-400 euro च बच्चा सारा अपना महीने का सारा कुछ कर सकता है। इस कर जिदा बच्चा स्टूडेंट चंडीगढ़ आ रहा है, चंडीगढ़ रहन का जिन्ना क खर्चा है या पढ़न का जिन्ना क खर्चा, तुसी सोचो कि एक शैनेगन कंट्री तुसी खर्चे नाल तुसी पढ़ सकते हो और पूरा शैनेगन तुहाडे वास्ते खुला है। जॉब अपॉर्चुनिटीज़ कॉलेज जड़ी यूनिवर्सिटी उन्होंने जॉब फेयर लगते हैं, जिहड़ा बच्चा जिस जॉब च मुनासिब है उन्होंने उसके रिगार्डिंग जॉब भी मिल जाती। जी बिल्कुल, सो देखो अज के समय में स्टूडेंट भी कितने ना कि अवेयर जरूर हो चुके हैं कि भेड़ चाल विच ना पै के जरूर अजिही ऑप्शन के उपर फोकस किया जाए जिथे तुहानू फाइनैशियली कोई बेनीफिट भी मिलता है, तुसी वधिया पढ़ाई भी करते हो तो फ्यूचर लिए भी तुसी चंगी ऑप्शन अपने लिए क्रिएट कर सकते हो। सो लातविया विचों एक कंट्री जरूर हो सकती है। सो जेकर तुसी भी अप्लाई करना चाहते हो तो होर चीज़ा समझना चाहते हो तो जरूर जो नंबर डिस्प्ले है नैविगेटर्स ओवरसीज इस उपर कॉल करके पूरी जानकारी लो और टाइमली तुसी अप्लाई करके इन्हें सब ऑप्शन का फायदा जरूर ले सकते हो। सो बहुत बहुत थैंक्स मैम कि तुसी आज एक बार फिर तो स्टूडेंट्स लिए बहुत चंगा प्रोग्राम एक बहुत चंगी ऑप्शन लेके आए हो जिस दे विच स्टूडेंट नू फाइनैंशियली भी बेनीफिट बहुत ज़्यादा हुंदा दिख रहा है। तो स्टूडेंट अपने सवाल होर कोई होण तां जरूर साडे नाल कमेंट सैक्शन में भी सांझे कर सकते हैं, तो अगों भी असीं तुहाडे लई होर इनफॉर्मेटिव वीडियोज लैके आते रहेंगे। जी एक चीज़ खाली 9th December जो 8th सैमीनार 9 December हो गया यूरोप का, स्टूडेंट्स आके यूरोप के बारे सारी इनफॉर्मेशन 8 December ऑफिस आके ले सकते हैं। चलो ठीक है जी, सो अगों भी असं स्टूडेंट लिए होर इनफॉर्मेटिव वीडियोज़ लैके आते रहेंगे, फिलहाल ही सानू दिओ जी इजाजत, थैंक यू सो मच। थैंक यू।